स्वागत है किसान वीरो सिद्ध कडेरी फार्मिंग दे विच। किसान वीरो अज जिहड़ी वीडियो बना रहे हैं पिंड बंबिया भाई इनू तहसील बागा पुराना पैंदी है ते जिला मोगा है। मोगे जिले का इस साइड तो यह लास्ट पिंड नाल ही बुरज जवाहर सिंह वाला ते बरगाड़ी आ जांदे आ। एक पासे सुखानंद पिंड भी इहदे हैगा। बंबिए भाई चों वीडियो बना रहे हैं ते जिहड़े घर चों वीडियो बना रहे हैं दसो पशु पालन का काम सहायक किते दे तौर ते घर च इन्ने क नाग बाई जोरी रखते इधर दो गावं खड़ियां तो दो ही मझां इत्थे अज एक बुरी मझ बाई ने विकाऊ की है ये बारे आप गलबात करांगे। तुसी वीडियो नूं एंड तक देखियो जिन्हों ये बुरी पसंद आजूगी तसली करना तुहाडा हक है दोस्तों आके तुसी कर सकते हो तो आपकी तसली नाल खरीद लियो। नंबर वीर दा स्क्रीन उत्ते मैं चला दूंगा उस नंबर से तुसी कॉन्टैक्ट इत्थे कर सकदे हो। आओ मिलते हैं भाई ने करते हैं गलबात संबंधी फिर थोड़ा तोर के दिखावांगे। सत श्रीकाल भाई नाम दस जी अपना नाम जसविंदर सिंह है जी। ठीक है जसविंदर भाई थोड़े ही पशु रखते हो फिर घर के विच ना। हाँ जी हाँ जी क्योंकि आया ना भाई मैं आप भी प्रोफेशनल तौर पर एक पत्रकार है। अच्छा तो उधर ही बिजी रही दा। ठीक है फिर जानी दा जिन्ना अपना आपके घर जोगे रखी दे भी दुध का डंगा लै जाए। ठीक है अच्छा तुसी पत्रकारी करते हो तो केड़े अदारे नाल जुड़े हुए हो। मैं स्पोर्ट्समैन टीवी भी कर रहा है ते चढ़दी कला टाइम टीवी ते स्क्रोल पंजाब टीवी ते लाइव ते चैनल है तीन चार चैनल ते हैगा मैं। अच्छा उन्होंने नाल जुड़े हुए हो। ठीक है अच्छा भाई अज ये जिहड़ी मज आपां वकाऊ कीती है ਕਿੰਨਵਾਂ ਸੂਆ ਸੁਣਦੀ ਹੈ? ਇਹ ਜੀ ਦੋ ਸੂਏ ਸੂਈ ਆ ਤੇ ਤੀਜੇ ਸੂਏ ਸੋਣੀ ਆ ਤੇ ਸਾਡੀ ਘਰ ਦੀ ਆਪਦੀ ਰੱਖੀ ਹੋਈ ਮੱਝ ਹੈ। ਠੀਕ ਹੈ ਪੂਰੀ ਤਸੱਲੀ ਆ ਕੋਈ ਐ ਨਹੀਂ ਵੀ ਕਿਤੋਂ ਲਿਆਂਦੀ ਆ ਹਨਾ। ਠੀਕ ਹੈ ਅੱਛਾ ਬਈ ਦੂਜੇ ਸੂਏ ਦੁੱਧ ਕਿੰਨਾ ਦਿੱਤਾ ਇਹਨੇ? ਜੀ ਇਹ ਕਹਿਣ ਨੂੰ ਤਾਂ ਆਪਾਂ ਵੱਧ ਕਹਿ ਦਈਏ ਆਪਾਂ ਜਿਹੜੀ ਹੈਗੀ ਆ ਗੱਲ ਨੀਡ ਐਂਡ ਕਲੀਨ ਕਰਨੀ ਹੈਗੀ ਆ ਵੀ ਇਹ 5 ਕਿਲੋ ਡੰਗ ਦਾ ਦੁੱਧ ਦਿੰਦੀ ਆ। 10 ਕਿਲੋ ਦੁੱਧ ਸੀਗਾ ਪਿਛਲੇ ਸੂਏ ਚ ਇਹਨੇ ਜਿਹੜਾ ਦਿੱਤਾ। 10 ਕਿਲੋ ਪਿਛਲਾ ਅੱਜ ਕਿੰਨੇ ਦਿਨ ਲੈ ਜੂ ਸੂਣ ਚ ਇਹ? ਸੂਣ ਚ ਕਰੀਬ 9 ਕੁ ਦਿਨ 8-9 ਦਿਨ ਤਾਂ ਲੈ ਜੂਗੀ। 8-9 ਦਿਨ ਹਜੇ ਲੈ ਜੂਗੀ। ਹਾਂਜੀ ਅੱਛਾ ਇਹਦਾ ਰੇਟ ਕੀ ਰੱਖਾਂਗੇ ਬਾਈ ਆਪਾਂ? ਰੇਟ ਜੀ ਮੰਗਣ ਨੂੰ ਤਾਂ ਆਪਾਂ ਜਿੰਨੇ ਮਰਜ਼ੀ ਮੰਗ ਲਗੇ ਪਰ ਮੈਨੂੰ ਲੱਗਦਾ ਵੀ ਜਾਇਜ਼ਾ 85,000 ਜਾਇਜ਼ ਆ। ਮੈਂ 85,000 ਮਤਲਬ ਵੀ ਰਾਏ ਵੀ ਲਈ ਆ ਘਰਦਿਆਂ ਨੇ ਰਾਏ ਮਸ਼ਵਰਾ ਵੀ ਕੀਤਾ 85,000 ਰੇਟ ਇਹਦਾ ਸਹੀ ਆਪਾਂ ਐਵੇਂ ਵੱਧ 90 ਵੀ ਕਹਿ ਸਕਦੇ ਸੀਗੇ 95 ਵੀ ਕਹਿ ਸਕਦੇ 85,000 ਹੀ ਆਪਾਂ ਮਤਲਬ ਲੈਣਾ। ਠੀਕ ਹੈ ਅੱਛਾ ਜਿਹੜਾ ਗਾਹਕ ਆਉਂਦਾ ਆਪਣੇ ਕੋਲ ਕੋਈ ਵੀ ਗੱਲਬਾਤ ਕਰਦਾ ਥੋੜਾ ਬਹੁਤ ਉਹਦਾ ਮਾਨ ਤਾਨ ਜਿਹੜਾ ਉਦੋਂ ਕਰ ਦਿਆਂਗੇ ਆਪਾਂ ਉਹ ਤਾਂ ਮੌਕੇ ਤੇ ਨਹੀਂ। ਵੈਸੇ ਆਪਾਂ ਰੇਟ ਪਹਿਲਾਂ ਹੀ ਖਿੱਚ ਕੇ ਲਾਇਆ ਹਨਾ। ਠੀਕ ਹੈ ਰੇਟ ਆਪਾਂ ਪਹਿਲਾਂ ਹੀ ਖਿੱਚ ਕੇ ਲਾਤਾ ਨਹੀਂ ਆਪਾਂ 90 ਕਹਿ ਦਿੰਦੇ ਉਹ ਚ ਕਹਿ ਦਿੰਦੇ ਆਪਾਂ 5,000 ਘਟਾ ਕੇ ਮਾਨਦਾਨ ਕਹਿ ਦੋ ਕੁਛ ਕਹਿ ਲਓ ਠੀਕ ਹੈ ਆਪਾਂ ਉਹ 90 ਕਹਿ ਦਿੰਦੇ ਯਾਨੀ 85 ਲਗਭਗ ਫਿਕਸ ਰੇਟ ਆ। ਹਾਂਜੀ ਹਾਂਜੀ ਠੀਕ ਹੈ ਖੋਲੋ ਬਈ ਇਹਨੂੰ ਤੋਰ ਕੇ ਦਿਖਾ ਦਈਏ। ਦੋਸਤੋ ਤੀਜਾ ਸੂਆ ਸੋਨਾ ਹੈ ਦੁੱਧ ਜਿਹੜਾ ਇਹਨੇ ਦਿੱਤਾ ਉਹ ਦੂਜੇ ਸੂਏ ਦੇ ਵਿੱਚ 10 ਕਿਲੋ ਸੀ ਤੀਜਾ ਸੂਆ ਸੋਊਗੀ 10 ਤੋਂ ਅਜੇ 8-10 ਦਿਨ ਇਹ ਲੈਂਦੀ ਹੈ। ਹਵਾਨਾ ਹੁਣ ਵੀ ਚੰਗਾ ਦਿਸਦਾ ਦਰਮਿਆਨੇ ਕੱਦ ਕਾਠ ਦੀ ਇਹ ਮੱਝ ਆ ਸਾਹਮਣੇ ਨੂੰ ਲੈ ਜਾਓ ਵੀਰੇ ਵਿਹੜੇ ਵਾਲੇ ਨੂੰ। ਸੋ ਦੋਸਤੋ ਇਹ ਤੁਸੀਂ ਇਹਦਾ ਹਵਾਨਾ ਫਿਰ ਦੇਖ ਲਓ ਥੋੜ੍ਹਾ ਜਿਹਾ ਉੱਪਰ ਬੰਦੇ ਤੋਂ ਪਸ਼ੂ ਡਰਦਾ ਰਹਿੰਦਾ ਕਿਉਂਕਿ ਇਹਨਾਂ ਦੇ ਘਰ ਦੇ ਪਸ਼ੂ ਆ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਬਲ ਲਿਆ ਬਾਕੀ ਉੱਪਰੇ ਬੰਦੇ ਤੋਂ ਦੋਸਤੋ ਪਸ਼ੂ ਸੁਭਾਵਕ ਆ ਡਰਦੇ ਰਹਿੰਦੇ ਆ। ਸੋ ਮੈਂ ਇਹਦੇ ਥਣ ਤੇ ਹਵਾਨੇ ਬਾਰੇ ਫਿਰ ਤੁਹਾਨੂੰ ਇੱਥੋਂ ਕਲੀਅਰ ਕਰ ਦਿੰਦਾ ਇਸ ਸਾਈਡ ਤੋਂ ਦਿਖਾ ਦਿੰਦਾ ਜਿੱਦਾਂ ਦਾ ਹਵਾਨਾ ਇਸ ਟਾਈਮ ਇਹ ਦਿਖਾ ਰਹੀ ਹੈ ਦੁੱਧ 10 ਕਿਲੋ ਬਾਈ ਦੱਸਦਾ ਵੀ ਪਿਛਲੇ ਸੂਏ ਦੂਜੇ ਸੂਏ 'ਚ ਇਹਦਾ ਚੋਇਆ ਸੂਆ ਇਹ ਕੀ ਤੀਜਾ ਹਰੇਕ ਐਂਗਲ ਤੋਂ ਤਸੱਲੀ ਕਰਨਾ ਤੁਹਾਡਾ ਹੱਕ ਹੈ ਦੋਸਤੋ ਮੇਰਾ ਕੰਮ ਸਿਰਫ ਵੀਡੀਓ ਬਣਾਉਣ ਦਾ। ਇਨਫੋਰਮੇਸ਼ਨ ਵੀਰ ਨੇ ਜੋ ਇਹਦੇ ਬਾਰੇ ਸੀਗੀ ਉਹ ਤੁਸੀਂ ਸੋਹਣੀ ਲਈ ਹੈ ਅਤੇ ਲਗਭਗ ਜੋ ਜਿੱਦਾਂ ਦਾ ਪਸ਼ੂ ਉੱਦਾਂ ਦਾ ਹੀ ਵੀਰ ਨੇ ਦੱਸਿਆ ਕੋਈ ਇਹ ਨਹੀਂ ਗੱਲ ਵੀ ਕੋਈ ਵੱਧ ਘਾਟੇ ਦਾ ਦੁੱਧ ਦੱਸਦਾ ਹੋਊਗਾ ਇੰਨਾ ਦੁੱਧ ਇਹਦੇ ਆਰਾਮ ਨਾਲ ਇਸ ਹਵਾਨੇ ਦੇ ਤੋਂ ਆਈਡੀਆ ਹੁੰਦਾ ਵੀ ਦਿੱਤਾ ਜ਼ਰੂਰ ਹੋਊਗਾ। ਕੁੰਡੇ ਸਿੰਘਾਂ ਦੀ ਹੈ ਢਾਂਚਾ ਤੁਹਾਡੇ ਸਾਹਮਣੇ ਹੈ ਸਟਰਕਚਰ ਤੁਹਾਡੇ ਸਾਹਮਣੇ ਹੈ ਬੂਰੀ ਮੱਝ ਦਾ ਜੇ ਕੋਈ ਸ਼ੌਕੀਨ ਹੈ ਤਾਂ ਬਾਈ ਨਾਲ ਕੰਟੈਕਟ ਕਰ ਲਓ। ਧੰਨਵਾਦ ਦੋਸਤੋ ਵੀਡੀਓ ਦੇਖਣ।